ਉੱਥੇ। ਅੱਛਾ, ਤੇ ਕਿਹੜੇ ਉੱਥੇ ਸੀ ਤੁਹਾਡੀ ਜ਼ਮੀਨ ਜਾਂ ਕੋਈ ਰਹਿ ਗਈ ਉੱਥੇ, ਕਿਹੜੀ ਜ਼ਮੀਨ ਰਹਿ ਗਈ? ਸਾਡਾ ਮੁੰਡਾ ਰਹਿ ਗਿਆ ਸੀ, ਭਤੀਜਾ ਮੇਰਾ ਵੱਡੇ ਤੋਂ ਸਾਡੇ ਬਾਪ ਨੇ ਵਧਾਲੀ ਚੁੱਕਿਆ ਸੀ। ਅੱਛਾ, ਛੋਟਾ ਜਿਹਾ ਸੀ। ਅੱਛਾ ਜੀ, ਤੇ ਉਹ ਜਿਸ ਵੇਲੇ ਕੱਢਿਆ ਉਹਨਾਂ ਚੱਲ ਸ਼ਹੀਦ ਕੀਤਾ ਨਾ, ਉਹ ਮੁੰਡਾ ਭੱਜ ਗਿਆ ਜਦੋਂ ਉਹ ਹੋਇਆ। ਅੱਛਾ, ਉਹ ਡੇਰੇ ਦੇ ਲਾਗੇ ਮੰਗੀਆਂ ਖੋਦ ਦੇ ਪਿੰਡ। ਅੱਛਾ ਜੀ, ਉੱਥੇ ਉਹ ਚਲਾ ਗਿਆ ਭੱਜ ਕੇ, ਦੁਪਹਿਰੇ ਪਾਦੋਂ ਦੀ ਦਿਨ ਸੀ, ਅਤੇ ਉਹਨੇ ਤੋਰੀਏ ਨੂੰ ਸਿੱਖ ਨੇ ਪਾਣੀ ਲਾਇਆ ਅਤੇ ਇਹ ਚਲਾ ਗਿਆ ਫੂਲ ਵੇਖ ਕੇ ਪਾਣੀ ਪੀਣ। ਅੱਛਾ ਜੀ, ਬੱਚਾ ਸੀ ਇਹ, ਜਾ ਕੇ ਉੱਠ ਗਿਆ ਤੂੰ ਉੱਥੇ ਚਾਰ ਸਿੱਖ, ਉਹ ਇਹਨੂੰ ਮਾਰਨ ਲੱਗੇ ਜਾਂਦਾ ਮੈਨੂੰ ਪਾਣੀ ਪੀ ਲੈਂਦੇ। ਅੱਛਾ, ਇਹ ਫਿਰ 9 ਸਾਲ ਬਾਅਦ ਇਹਨੇ ਫਿਰ ਦੱਸਦਾ ਇੱਥੇ। ਅੱਛਾ, ਆਖਣ ਲੱਗਾ ਮੈਂ ਆਖਿਆ ਮੈਨੂੰ ਪਾਣੀ ਪੀ ਲੈਂਦੇ, ਮੈਂ ਬੁੱਕ ਭਰ ਕੇ ਪਾਣੀ ਪੀਣ ਦਿਆ ਅਤੇ ਉਹ ਸਿੱਖ ਕਿਆਰਾ ਮੋੜ 'ਤੇ ਆ ਗਿਆ। ਅੱਛਾ, ਉਹਦੇ ਕਿਆਰੇ ਹੁੰਦੇ ਵਟਾਂ ਪਾਉਂਦੇ, ਉਹ ਆ ਕੇ ਜਵਾਉਂਦਾ ਉਹ ਕੀ ਕਰਨ ਲੱਗੇ, ਅਖੇ ਨਹੀਂ ਬਹੁਤ ਕਿਸਾਨ ਕਰਨ ਲੱਗੇ, ਕਹਿੰਦਾ ਨਾ ਮੇਰੇ ਡੰਗਰ ਚਾਰਿਆ ਕਰੋ ਅਤੇ ਇਹਨੂੰ ਨਾ ਮਾਰੋ, ਮੈਂ ਲੈ ਗਿਆ, ਉਹ ਲੈ ਗਿਆ। ਅੱਛਾ ਜੀ, ਅਜੇ ਉਹਦੀ ਸੁਣ ਤਾਂ ਨਹੀਂ ਸੀ ਹੋਈ। ਅੱਛਾ, ਅਤੇ ਉਹਨੂੰ ਨਾ ਘਰ ਵਾਲੀ ਉਹਦੀ ਬੁੱਢੀ ਨੇ ਪੱਛਾ ਪਾ ਦਿੱਤਾ ਅਤੇ ਸਿਰ 'ਚ ਬੋਦੀ ਰੱਖਦੀ ਸੀ, ਕੜਾ ਲੋਹੇ ਦਾ ਪਾ ਦਿੱਤਾ। ਅੱਛਾ ਜੀ, ਉੱਥੇ ਰਿਹਾ ਫਿਰ ਜੀ, ਫਿਰ ਮੇਰੇ ਦੋਸਤ ਸੀ ਬਸੰਤ ਕੋਟ ਪਿੰਡ ਸੀ ਨਾਲ। ਅੱਛਾ ਜੀ, ਉਹ ਮੇਰੇ ਮਾਸ ਬੰਦੇ ਸੀ। ਅੱਛਾ ਜੀ, ਅਤੇ ਉਹ ਮੇਰੇ ਕੋਲ ਨਸ਼ਾ ਪਾਣੀ ਪੀਂਦੇ ਹੋ ਗਿਆ ਸੀ, ਉਦੋਂ ਪੀਂਦੇ ਸਨ ਮਾਰੀ। ਸਹੀ ਜੀ, ਅਤੇ ਉਹ ਮੇਰੇ ਬੇਲੀ ਸਨ ਜੀ ਜੀ, ਉਹ ਇੱਕ ਉਹਨਾਂ ਦਾ ਚਾਚਾ ਸੀ, ਉਹ ਠੱਗੀ ਮਾਰ ਲਾਉਂਦਾ ਸੀ। ਅੱਛਾ ਜੀ, ਉਹਦੇ ਕੋਲ ਗਿਆ ਸਭ ਤੋਂ ਸਮਾਂ ਸ਼ੀਸ਼ਾ ਸੀ। ਅੱਛਾ, ਉਹਨੇ ਉਹ ਖਾਤਾ ਨੂੰ ਤੂੰ ਆਪਣੇ ਘਰ ਲੱਗ ਬਾਣੀ ਵਾਲਾ ਵੀ ਜ਼ਰੂਰ ਕਰਕੇ ਦੇ ਦਿਆ। ਅੱਛਾ, ਉਹ 9 ਸਰਬਾਜ਼ ਸੀ। ਹਾਂ, ਉਹ ਇਦਾਂ ਕਰਦਾ ਸੀ। ਅੱਛਾ ਜੀ, ਅਤੇ ਉਹ ਚਲਾ ਜਾਂਦਾ ਸੀ ਉੱਥੇ। ਅੱਛਾ ਜੀ, ਇਹ ਮੁੰਡੇ ਨੇ ਤਾਂ ਆਉਂਦੇ ਜਾਂਦੇ ਸੀ ਮੇਰੇ ਕੋਲ ਖੂਹ 'ਤੇ, ਇਹ ਮੁੰਡਾ ਛਾਣ ਕੇ ਉਹਦੀ ਜੁੱਫੀ ਪਾ ਲਈ ਲੱਤਾਂ ਨੂੰ। ਅੱਛਾ, ਉਹ ਆਉਂਦਾ ਉਹ ਕੌਣ ਹੈ ਤੂੰ? ਆਉਂਦਾ ਬਈ ਮੈਂ ਮਾਰਸ ਲੱਭ ਉੱਥੇ ਮਾਰਸੀ ਮੈਂ ਸਵਾ ਜਾਂਦਾ। ਸਹੀ, ਜਿਹੜੇ ਮੰਗਲੀ ਆ ਉਸ ਮੰਗਵਾ ਦਿਉ, ਉਹਦਾ ਮੈਂ ਭਤੀਜਾ। ਅੱਛਾ ਜੀ, ਉਹਦਾ ਪਤਾ ਚੱਲਦਾ ਮੇਰੇ ਲਾਗੇ, ਮੈਂ ਵੀ ਪਤਾ ਚੱਲਦਾ। ਅੱਛਾ ਜੀ, ਉਹ ਫਿਰ ਦਲੀਪ ਸਿੰਘ ਸੀ, ਉਹ ਮੇਰੇ ਵੱਡੇ ਦਾ ਭਰਾ ਬਣਿਆ। ਅੱਛਾ ਜੀ, ਸਾਡੇ ਪਿੰਡ ਦਾ ਜੀ ਜੀ, ਉਹ ਮੈਨੂੰ ਵਾਹਗੀ ਵੀ ਮਿਲਿਆ। ਅੱਛਾ, ਇੱਕ ਵਾਰ ਮੁਲਾਕਾਤਾਂ ਹੁੰਦੀਆਂ। ਅੱਛਾ ਜੀ, ਮੇਰੇ ਨਾਲ ਵਾਅਦਾ ਕੀਤਾ ਮੈਂ ਲਿਆਵਾਂਗਾ ਮੁੜ ਕੇ ਲਿਆ। ਅੱਛਾ ਜੀ, ਉਹਨੂੰ ਫਿਰ ਉਹ ਗਿਆ, ਉਹ ਆਖਣ ਲੱਗਾ ਮੁਸਲਮਾਨ ਦੇ ਕਾਫਲੇ ਦਾ ਮੁੰਡਾ ਰਲ ਕੇ ਆ ਗਿਆ ਕਿ ਮੁੰਡਾ ਸਾਡਾ ਦੇ ਦਿਓ। ਅੱਛਾ ਜੀ, ਉਹ ਸਿੱਖਾਂ ਦਾ ਮੁੰਡਾ ਮੇਰਾ, ਮੈਂ ਝੂਠ ਬੋਲਦਾ। ਅੱਛਾ ਜੀ, ਜਵਾਬ ਜਾ ਮੁੰਡਾ ਕੋਈ ਨਹੀਂ ਮੇਰਾ ਮੁੰਡਾ, ਉਹ ਆ ਗਿਆ ਉਹਨੂੰ ਨਹੀਂ ਦਿੱਤਾ। ਫਿਰ ਉਹਨੇ ਬਦਮਾਸ਼ ਇਕੱਠੇ ਕੀਤੇ। ਅੱਛਾ ਜੀ, ਅਤੇ ਕੋਈ ਨਿਹੰਗ ਸੀ। ਅੱਛਾ, ਰਾਤ ਗੱਤਕਾ ਖੇਡਦੇ ਉਹਦੇ ਕੋਲ ਆਉਂਦੇ। ਅੱਛਾ ਜੀ, ਹੁਣ ਫਿਰ ਇਕੱਠੇ ਕਰੇ 20-25 ਆਦਮੀ ਲੈ ਗਿਆ। ਅੱਛਾ ਜੀ, ਅੱਗੇ ਇੱਕ ਮੇਜਰ ਆਇਆ ਸੀ, ਉਹ ਰਿਟਾਇਰ ਹੋਇਆ ਅਤੇ ਉੱਥੇ ਜ਼ਮੀਨ ਪੈ ਗਈ ਉਹਨੂੰ। ਅੱਛਾ ਜੀ, ਉਹ ਬੇਲੀ 'ਚ ਬੈਠਾ, ਕੁਰਸੀਆਂ ਮੇ ਮੰਜੀ ਮੰਜੀ। ਸਹੀ, ਉਹ ਵੇਖੇ ਬੰਦੇ ਵੀ ਇਹ ਹਥਿਆਰ ਲੈ ਕੇ ਬੰਦੇ ਕਿਹੜੀ ਚੱਲਿਆ ਜੈਸਾ। ਅੱਛਾ ਜੀ, ਉਹ ਆਉਂਦਾ ਖਾਲਸਾ ਕਿਹੜੀ ਚੱਲਿਓ, ਉਹਨਾਂ ਉਹ ਗੱਲ ਸੁਣੋ। ਉਹ ਆ ਕੇ ਬੋਲਿਆ ਜਾ ਮਾਖਣ ਦਾ ਬੈਠੋ ਜੀ ਜੀ, ਇਹਨੇ ਚੜ੍ਹਾਈ ਕੀਤੀ ਆ। ਸਹੀ, ਉਹਨੇ ਆਖਿਆ ਤੇਰੇ ਪਿੰਡ 'ਚ ਮੁੰਡਾ ਸਾਡਾ ਕਾਫਲੇ ਲਾ ਕੇ ਆ ਗਿਆ, ਤੂੰ ਸਿੱਖ ਦਿੰਦਾ ਨਹੀਂ, ਅੱਜ ਮੁੰਡਾ ਲੈ ਕੇ ਜਾਣਾ। ਅੱਛਾ ਜੀ, ਉਹਨੇ ਆਖਿਆ ਵੀ ਕਦੋਂ ਵਗਾਰ 'ਚ ਕੋਈ ਫਾਇਦਾ ਨਹੀਂ, ਅਤੇ ਹੁਣ ਸਿੱਖ ਨੂੰ ਸਕਦੇ ਹਾਂ। ਅੱਛਾ, ਜੇ ਮੁੰਡਾ ਤੁਹਾਡਾ ਵੀ ਤੁਸੀਂ ਲੈ ਜਾਣ। ਸਹੀ, ਸਿੱਖ ਨੂੰ ਸੱਦਿਆ ਜੀ ਜੀ, ਉਹਨੇ ਆਖਿਆ ਜੇ ਮੈਂ ਝੂਠ ਬੋਲਦੇ ਆ ਮੁੰਡਾ ਇਹਨਾਂ ਦਾ ਨਹੀਂ, ਮੁੰਡਾ ਮੇਰਾ। ਅੱਛਾ ਜੀ, ਉਹ ਤੂੰ ਮੁੰਡਾ ਲਿਆ। ਅੱਛਾ ਜੀ, ਨਹੀਂ ਤਾਂ ਮੁੰਡਾ ਇਹਨਾਂ ਨੂੰ ਪਛਾਣੇ, ਫਿਰ ਤਾਂ ਮੁੰਡਾ ਇਹਨਾਂ ਦਾ। ਸਹੀ ਜੀ, ਅਤੇ ਜੇ ਪਛਾਣੇ ਦਾ ਮੁੰਡਾ ਤੇਰੇ ਕੋਲ। ਅੱਛਾ ਜੀ, ਤੇਰਾ ਮੁੰਡਾ ਉਹਨੂੰ ਗੁਰਦਾਸ ਕਰ, ਮੈਂ ਇੱਧਰ ਮਾਤਾ ਦਲੀਪ ਸਿੰਘ ਸਾਹਮਣੇ ਬੈਠਾ ਕੁਰਸੀ 'ਤੇ, ਉਹਨੂੰ ਬਾਹੋਂ ਫਾੜ ਕੇ ਤੇ ਉਹ ਮੇਜਰ ਆਉਂਦਾ, ਮੈਂ ਕਾਕਾ ਉਹ ਜਿਹੜਾ ਬੰਦਾ ਬੈਠਾ ਉਹ ਕੌਣ ਆ? ਅੱਛਾ, ਉਹ ਬਾਂਸ ਲੈ ਕੇ ਭੱਜ ਪਿਆ, ਮੇਰਾ ਤਾਇਆ ਮੇਰਾ ਤਾਇਆ। ਅੱਛਾ, ਉਹ ਆਲ ਪੂਰੀ ਗੱਲੀ 'ਚ ਬਹਿ ਗਿਆ, ਅੰਦਰ ਪੁਰੀ ਜਾਵੇ ਨੂੰ ਅੰਦਰ ਦਿਓ, ਇਹਨੂੰ ਅੰਦਰ ਝੂਠ ਬੋਲਦਾ ਲੈ ਜਾਓ ਖਾਲਸਾ ਮੁੰਡਾ। ਸਹੀ, ਇਹ ਫਿਰ ਮੁੰਡਾ ਲੈ ਕੇ ਆ ਗਿਆ। ਕਿੰਨੇ ਸਾਲਾਂ ਬਾਅਦ ਆਇਆ ਜੀ? 9 ਸਾਲ ਬਾਅਦ ਆਇਆ। 9 ਸਾਲ ਬਾਅਦ ਆਇਆ? 9 ਸਾਲ ਉਸ ਸਿੱਖ ਕੋਲ ਹੀ ਰਿਹਾ? ਉਹ ਸਿੱਖ ਕੋਲ ਗਈ, ਉਹ ਫਿਰ ਲੈ ਕੇ ਗਵਾਲੀਅਰ। ਅੱਛਾ ਜੀ, ਦਿੱਲੀ ਨੂੰ ਪੜ੍ਹਾਂ ਆਖਿਆ, ਹੁਣ ਕਹਿੰਦੇ ਆਪਣਾ ਮੁੱਖ ਦਾ ਬੰਦਾ ਅਤੇ ਖਤਮਾਂ ਨੂੰ ਵੀ ਹਟ ਕੇ ਚਿੱਠੀਆਂ ਹੱਥ ਮਾਰਦੇ ਸੀ। ਅੱਛਾ ਜੀ, ਫਿਰ ਖਲੀਫਾ ਮੁਹੰਮਦ ਸੁਦੀਪ ਸਿੰਘ ਬੱਚੀ ਜ਼ਮੀਨ ਪਈ ਆ। ਅੱਛਾ ਜੀ, ਉਹਦੀ ਮੇਰੀ ਮੁਲਾਕਾਤ ਹੋ ਗਈ, ਮੇਰੀ ਪੈਰੀ ਉਹਦੀ ਮੈਂ ਬਹੁਤ। ਅੱਛਾ ਜੀ, ਅੰਦਰ ਕਹਿੰਦੇ
वो फिर उन्होंने गल की थी, उन्होंने आखिर बड़ी कोई चिट्ठी है कोई। अच्छा, वो जीत रियासत का वजीर से पिछे तो 18 नंबर कोठी सी लाहौर दे रसूल। अच्छा जी, जो डाली डोली लैके मैं जाना मेरी फिर बड़ी उन्हें गल। अच्छा जी, वो आखिर लगा चिट्ठी को है, मैं आखिर चिट्ठियाँ बहुत गलिया पहलियों बहुत गलिया हम बंद कर सी। सही है, उदो लाट होंगे सी अंग्रेजा के। जी जी, वो लाट जी दफ्तर उ चला गया तो चिक चौक के अंदर जा, वो भी जीर से वो लाट मिले उन्हें गलबात की। उन्हें आखिर फलानी तरीक में तुम आयो। सही जी, वो फिर मैं अपने बजे भरा कर लिया। अच्छा जी, वो फिर गया जे कानवाई चौना परमिट बना के आखन लगा जलंधर अंदर ही ड्यूटी हो। अच्छा जी, तो मेरा उन्हें दसी कोई तकलीफ हो रही है। अच्छा, वो फिर अंबरसर गया तो कह दिया कि मेरी वफात होगी। अच्छा, उन्हें कानवाई बोल दी थी, फिर बोल के आ गया। फिर दो दिन लंघ, फिर उन्हें खरी फिर पासपोर्ट बनाया। अच्छा, फिर बना के फिर सजा, फिर गया थ्रू, फिर उसे गया तो मेहता थी रोड़ा। अच्छा, पिंडी का वो करता है मुसलमान जो बुढ़िया बड़िया रह गई। जी जी, ये फिर गया उसे ओरी कोठी, उन्हें शेख अब्दुल जी ने कर लिया डिप्टी ने, फिर उन्हें पूछा दरखास्तें तेरिया आई हैं तो वो लभदा नहीं था। जी जी, ये फिर गया तो मैं तेरी कोठी चला गया। उसे बगैर तो उन्हें आखिर मैं दो तीन बारी गया, मैं दो बुढ़िया भी लेनी तेरे दिन। अच्छा जी, तो दलील सोनी लगता बहुत ही पहले, तो सानू पता है भाई वो धान फोर मेला लगता, वो शरदा पावे लैंड हो गई। अच्छा जी, वो आया अपना उसे रहा होटल तो रोटी खा लिया पहले। जी जी, 5-7 दिन रहा खाना चलेंगे चलेंगे, ओरी झूठी सी दूसरी सूबे। अच्छा जी, वो उसका फल मर गया। अच्छा जी, वो लागे ना उन्होंने तो अड़ी जब आखे हवाला पाटन जाया तो फूका मारे कुछ लागे ना। अच्छा जी, चार सपाही वो मैनू आता भाई मार करी तू बाहर का बंदा है। जी जी, वो छंद बंद कर मेरी माँ जी खराब हो गई है। सही, आख्या भाई कोठी के मगर सी नड़े आता वो किला ला जेड़ा पचा ना सके दूंगा। जी जी, वो सिपाही ने किला लाता चंगा। जी जी, बन ली थी मैं गया लंबा तो मैं उठे तो कुड़िया फूकड़ा मारे लाल रखा तो हवाला भी लाल होया। मैं कहने लागे हो गए बावली अवली 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 भजी फिर भी तो पूछ फाड़ी पूछ फाड़ के मैं मूली देती। सही, मूली देती बस चटी चढ़ी कर निकलूंगी अड़ी बार सी पसम पी। मैं आखिर थान फाड़ के धार मार के तली के उसे जागे करता चटा लग पी। मैं दो धारा मारे उसे करा संता सिंह सिपाही सी उन्हें जब बाल्टी लिया वो बाल्टी लिया तो बाल्टी भर गई आंदा होर लिया वो फिर एक डोल लिया वो ही भर गया आंदा होर लिया फिर वो गड्डी लिया। सही, वो भर गई तो आखन लगा भाई मैं जो थापी छुपी दीती दो दिन बाद बेच गई। वो फिर जाकर जैसे रोड़ी ने दुद्ध रखे दो तीन भाड़े भरे उन्हें आखिर बंदे लिया मेरे को जिन्हें मज होगी मज लागे नहीं आने दिन ये फिर गया आखिर कि मैं बार करी तू होटल तू हम नहीं जाना मेरे को पिछले होटल से नहीं जाना इतने रोटी खानी है इतने तू सौना। सही है, तो मज साड़ी सूत्र कर दे मुंडा तेरा जिसे लभ के दे मुंडा लभ देंगे मुंडा लभ दे। ठीक हो गया जी, ला भाई वो मैं सर आज हूँ आया उन्हें आखा मैं चौबीस जगह बारह बंदा आया। अच्छा, वो फिर आया आखन लगा भाई तू मेरी मर्ज सही कर ले जे मुंडा तेरा समान से होते टंग फा लू। ठीक है, तो जमीन से अगर बोझी भर के कस। ठीक, मुंडा तेन दे करूँ मर्ज मेरी सही कर ले। सही, मैं आखिर मर्ज 5-4 दिन चोरी मर्ज मेरे सर पै गई। सही, मैं आखिर भाई साल मिलू तो मैं इसे बंदा कला मर मेरी भाई है। हाँ जी, ये लोग सिपाही लागे बाल ना बोले अपना मेरी नाल बह जाना तो बंद कर लेना। हाँ जी, उन्होंने आखना चो तो आप धार बार के बहन अगे कर छा चढ़ती रहना वो हस्ते पाती उन्हें आख बाद सही है तेरा सिपाही चोली ना। हाँ जी, तो हम मेरी रवानगी बना मैं पिछले चल। सही है, आंदा अच्छे उत्थे ना दलीप सो मैं कई बार गया तो नहीं मिलता
ਇਹਨੂੰ ਪਤਾ ਵੀ ਸਾਰਾ ਲੱਗਾ ਕਿ ਹੁਣ ਉਹ ਆਇਆ ਇਹ ਆਉਂਦਾ ਵੀ ਅੱਜ ਚੱਲ ਮੇਰੇ ਪੇੜੇ ਵੀ ਖਾ ਲਿਆ ਬਹੁਤ ਗੱਡੀ 'ਚ ਚਾਰ ਸਫਾਈ ਅਤੇ ਪੰਜ ਪੰਜਵਾਂ ਮਿੰਟ ਦਾ ਸੇਵਾ ਹੈ ਸਾਡੇ ਲਾਗੇ ਚਾਰ ਕੁ ਪੈਣਾ ਕੁੰਜਰਾਂ ਦੀ ਕੋਠੀ ਸੀ ਨਹਿਰ ਦੀ ਅੱਛਾ ਜੀ ਉੱਥੇ ਜਾ ਕੇ ਤਾਸ਼ ਖੇਡਣ ਲੱਗ ਪਏ ਉਹ ਤਾਸ਼ ਖੇਡਦੇ ਮੈਂ ਕਹਿੰਦਾ ਪਿੱਛੇ ਜਾਣ ਮੁੰਡੇ ਡੁੱਬ ਗਿਆ ਪਿੱਛੇ ਜਾਣਗੇ ਆਉਂਦਾ ਆਪ ਹੀ ਬਹੁ ਗੱਡੀ 'ਚ ਅੱਛਾ ਬਾ ਲਿਆ ਮੈਨੂੰ ਅਤੇ ਗੱਡੀ ਆਉਂਦਾ ਚੱਲ ਕਿਧਰੇ ਤੇਰੇ ਪੈਂਦੇ ਬੰਦੇ ਕਹਿੰਦੇ ਪੱਕੀ ਜਾਂਦੀ ਡੇਰੇ ਨੂੰ ਅੱਛਾ ਉਹ ਬਹਿ ਗਿਆ ਅਤੇ ਅੱਡਾ ਲੱਗਦਾ ਸਾਨੂੰ ਚੱਕ ਅੱਛਾ ਉਹਨੂੰ ਸੜਕਾਂ ਕੋਈ ਨਹੀਂ ਸੀ ਆਹੋ ਕੱਚੀਆਂ ਸੜਕਾਂ ਰਸਤੇ ਛੋਟੇ ਛੋਟੇ ਹੁੰਦੇ ਸੀ ਇਹ ਆਉਂਦਾ ਵੀ ਉਹ ਦੋ ਅੰਬ ਖਲੋਤੀਆਂ ਨੂੰ ਡੱਗੀ ਜਾਂਦੀ ਸਾਡੀ ਪਿੰਡ ਅੱਛਾ ਉਹ ਆਉਂਦਾ ਮਹਿਤਾ ਸਾਹਿਬ ਨੇ ਚਾਲ ਵਿਛਾ ਛੱਡੇ ਹੋਣਾ ਇਹਦਾ ਬਹੁਤ ਖੜੀ ਇੱਕ ਸਿੱਖ ਮੈਲ ਪਿਆ ਉਹ ਆਉਂਦਾ ਬਈ ਮਹਿਤਾ ਸਾਹਿਬ ਕਿਤੇ ਚੱਲੋ ਅਸੀਂ ਅੰਗ ਸੰਗੇੜੀ ਚੱਲੇ ਹਾਂ ਆਹ ਬੰਦਾ ਕੌਣ ਹੈ ਬਾਹਰੋਂ ਆ ਇਹਦਾ ਮੁੰਡਾ ਆਉਂਦਾ ਦਲੀਲ ਥੋੜ੍ਹਾ ਗਿਆ ਨਹੀਂ ਗਾ ਅੱਛਾ ਮੈਂ ਉੱਥੋਂ ਹੀ ਆਇਆ ਉਹਨੇ ਝੂਠ ਮਾਰਿਆ ਉਹ ਆਉਂਦਾ ਚੱਲ ਤੂੰ ਆਪਣਾ ਪਿੰਡ ਆ ਸਾਡੇ ਪਿੰਡ ਨੂੰ ਪੱਕੀ ਸੜਕ ਜਾਏ ਅੱਛਾ ਸਾਡਾ ਖੂਹ ਲੈਂਦੇ ਬੰਨੇ ਪਿੰਡ ਦੇ ਨਾਲ ਅਤੇ ਚੜ੍ਹਦੇ ਬੰਨੇ ਕਿ ਭੇਜਦੀ ਸੀ ਮੀਆਂ ਸਿੰਘ ਚੜ ਗਈ ਅੱਛਾ ਉੱਥੇ ਸੜਕ ਗਈ ਸਹੀ ਮੈਂ ਆਖਿਆ ਬਈ ਅੱਛਾ ਗੱਡੀ ਕਿ ਲਿਆ ਦਿਓ ਅਤੇ ਡਰਾਈਵਰ ਰਹੇ ਅਤੇ ਬਾਕੀ ਮੇਰੇ ਨਾਲ ਚੱਲੋ ਗੱਡੀ ਦਾ ਖੁਰਾਕ ਹੋਇਆ ਤਾਂ ਬੰਦਾ ਦਾ ਪੈਸਾ ਹੋ ਜਾਂਦਾ ਜੀ ਜੀ ਇਹ ਆਖਣ ਲੱਗੇ ਖੱਦਰ ਦੀ ਚਾਦਰ ਮੇਰੇ ਪਾ ਕੇ ਨਾ ਜਦੋਂ ਆਖਣ ਲੱਗੇ ਤੂੰ ਬੋਲਣਾ ਨਹੀਂ ਚਾਹੀਦਾ ਕੋਈ ਵੀ ਤੈਨੂੰ ਮਿਲੇ ਬੋਲੀ ਨਹੀਂ ਸਹੀ ਹੈ ਠੀਕ ਹੈ ਦੋਸਤ ਬਾਈ ਅੱਗੇ ਹੋਏ ਦੋ ਪਿੱਛੇ ਦੇ ਵਿੱਚ ਕਾਇ ਕਰ ਲਏ ਮੈਂ ਤਾਂ ਅੱਗੇ ਲੱਗ ਗਿਆ ਅੱਗੇ ਇੱਕ ਸਿੱਖ ਲੁਕਿਆ ਮਲੂਆਂ 'ਚ ਉਹਨਾਂ ਨੂੰ ਪਛਾਣ ਲਿਆ ਇੰਨੀ ਬੋਲੀ ਅੱਗੇ ਉਹ ਗੁਰਦੁਆਰਾ ਆ ਗਿਆ ਸਾਡੇ ਪਿੰਡ ਬੂਹਾ ਇੱਕੋ ਹੀ ਸੀ ਜੀ ਜੀ ਕਿਲੇ ਵਾਲਾ ਸਾਹਿਬ ਅਤੇ ਆਉਂਦਾ ਬਈ ਕਿੱਥੇ ਗਿਆ ਆਉਂਦਾ ਹੀ ਅੱਗੇ ਅੱਗੇ ਗਏ ਤਾਂ ਹੱਟੀਆਂ ਸੀ ਵਿਚਕਾਏ ਹਾਂਜੀ ਦੋ ਉੱਥੇ ਸਿੱਖ ਮੁੰਡੇ ਅਤੇ ਉਹ ਬਾਹਮਣ ਗਿਆਨ ਸੀ ਉਹਦਾ ਨਾਂ ਉਹ ਗਿੱਧਾ ਮਾਰ ਲਏ ਅਸਲ ਫਿਲੇ ਲਏ ਜੀ ਜੀ ਦੂਜੀ ਹੱਟੀ ਜਿਹੜੀ ਉਹ ਬੇਵਰਾਨ ਹੋ ਗਈ ਸੀ ਉੱਥੇ ਚੂੜਾ ਮੁੰਡਾ ਬੈਠਾ ਉਹਦਾ ਨਾਂ ਮੋਹਣਾ ਸੀ ਇਹ ਸ਼ਾਇਦ ਨਾ ਉਹਨਾਂ ਦਾ ਮੋਹਣਾ ਸੀ ਉਹ ਭੈਣ ਉੱਠ ਕੇ ਭੱਜ ਗਿਆ ਬੋਲਿਆ ਜੀ ਉਹਨੂੰ ਜਾ ਕੇ ਹੱਟੀ ਦੱਸ ਦਿੱਤਾ ਉਹਨੂੰ ਦੱਸ ਤਾਂ ਆ ਗਿਆ ਉਹਨੇ ਆ ਕੇ ਮਾਰ ਖਾ ਗਿਆ ਉਹਦੇ ਕੋਈ ਬੋਲਿਆ ਚੁੱਕੀ ਜਾਵੇ ਕੋਈ ਸਿਗਰਟਾਂ ਚੁੱਕੀ ਜਾਵੇ ਤਾਂ ਭੱਜੇ ਉਹਨੇ ਕਿਹਾ ਖਬਰਦਾਰ ਵੀ ਲਾਗੇ ਕੋਈ ਬੰਦਾ ਹੈ ਪੰਜ ਬੰਦੇ ਅਤੇ ਫਿਲਮੇ ਗਾ ਲੈ ਨੌਕਰ ਅਤੇ ਪਤਾ ਨਹੀਂ 5 ਲੱਖ ਦੀ ਇਹਦੀ ਜ਼ਮਾਨਤ ਆ ਅਤੇ ਤੁਹਾਨੂੰ ਕੀ ਜੁਰਮਾਨਾ ਪਾ ਦਿਆ ਹੁਣ ਕੀ ਖਲੋਗੇ ਲੈ ਲਓ ਉਹਨੂੰ ਆਖਣ ਲੱਗਾ ਕਿੱਥੇ ਆ ਉਹਨੇ ਕਿਹਾ ਜੀ ਆ ਥੋੜ੍ਹੀ ਜਿਹੀ ਬੋਲਿਆ ਜਿਹੜੇ ਅੱਗੇ ਗਏ ਅਤੇ ਉਹਨੂੰ ਬੈਠਕ ਆ ਗਈ ਆਖਦਾ ਉਹਦੀ ਬੈਠਕ ਉਹ ਜਿਹਾ ਹਨੇਰਾ ਹੋ ਗਿਆ ਕਾਫੀ ਆਉਂਦਾ ਵੀ ਇਹਨੂੰ ਜਾ ਕੇ ਵੇਖਿਆ ਅਤੇ ਉਹਦੇ ਨਾਲ ਮੁੰਡਾ ਪਿਆ ਸਾਡੇ ਮੁੰਡੇ ਜੀ ਦਾ ਅਤੇ ਮੁੰਡਾ ਹੋਰ ਸੀ ਉਹ ਪਿਆ ਅਤੇ ਉਹ ਸ਼ਰਾਬੀ ਹੋਇਆ ਪੱਗ ਟੱਛੀ ਪਈ ਗਲ 'ਚ ਪਈ ਅਤੇ ਬੋਲਦਾ ਸ਼ਰਾਬਾਂ ਨੂੰ ਪਈ ਲੱਗੇ ਆਉਂਦਾ ਜੀ ਗਰੀਬਾ ਹੈਗਾ ਅਤੇ ਮੁੰਡਾ ਉਹਦੇ ਨਾਲ ਪਿਆ ਉਹ ਮੁੰਡਾ ਮਿਲਿਆ ਨਹੀਂ ਉਹ ਮੁੰਡਾ ਫਲਾਣੇ ਸਿੱਖ ਲਾ ਉਹ ਜੱਟੀ ਨਾਲ ਉਹਦੀ ਗੱਲਬਾਤ ਸੀ ਸਹੀ ਅਤੇ ਆਉਂਦਾ ਕਿ ਆ ਜਾ ਉਹਨੂੰ ਘਲਿਆੜ ਕੇ ਜਾ ਕੇ ਸੋਟੀ ਮਾਰੀ ਬੂਹੇ ਨੂੰ ਸੋਟੀ ਮਾਰੀ ਦੀ ਆਵਾਜ਼ ਦਾ ਕੌਣ ਆ ਉਹ ਆਉਂਦਾ ਹਾਂ ਪੁੱਤਾਂ 'ਚ ਲੱਭਾਂ ਤੂੰ ਕਈ ਕਹਿਣਾ ਕਈ ਸਾਲ ਹੋ ਗਏ ਤੈਨੂੰ ਲੱਭਦੇ ਨੇ ਤੂੰ ਲੱਭਾ ਨਹੀਂ ਅੱਜ ਤੂੰ ਲੱਭ ਗਿਆ ਨਿਕਲ ਬਾਹਰ ਬਾਹਰ ਨਿਕਲਿਆ 5-7 ਸੋਟੀਆਂ ਮਾਰੀਆਂ ਭੈਣ ਦੀਆਂ ਹਾਂਜੀ ਉਹਨੇ ਆਖਿਆ ਭਾਈ ਮੈਂ ਨੰਬਰ ਲਾ ਗਈ ਹਾਂ ਭਾਈ 400 ਨਾ ਮੇਰੀ ਇਹਦੀ ਬੇਚੀ ਨੂੰ ਕਰ ਹਾਂਜੀ ਉਹ ਬੰਦਾ ਕੌਣ ਆ ਉਹ ਭੱਜ ਪਿਆ ਉਹਦਾ ਮੇਰਾ ਭਰਾ ਮੇਰੀ ਜੇ ਜਾਨ ਉਹ ਫਿਰ ਆਣ ਕੇ ਸੋਟੀਆਂ ਮਾਰੀ ਰੱਖਿਆ ਤੇਰਾ ਭਰਾ ਆਇਆ ਤੂੰ ਲੱਗ ਵੀ ਬਣਿਆ ਕੰਜਰਾ ਥਾਂ ਥਾਂ 'ਤੇ ਚਾਪ ਬਣੇ ਤੂੰ ਇਹਦੀ ਜਿਗਦੀ ਬੋਟੀ ਤੋੜ ਕੇ ਰੱਖ ਛੱਡੀ ਆ ਅਗਰ ਜਾਓ ਅੱਜ ਪਾਣੀ ਖਾਓ ਆਪਣੇ ਆ ਜਾਏਗਾ ਉਹਨੇ ਆਖਿਆ ਅੱਜ ਪਾਣੀ ਨਹੀਂ ਖਾਣਾ ਗੁਰਦੁਆਰੇ ਚੱਲ ਕੇ ਗ੍ਰੰਥ ਚੁੱਕ ਮੁੰਡਾ ਲਿਆਉਂ ਮੈਂ ਫਲਾਣੀ ਸਹੀ ਹੈ ਉਹਨਾਂ ਆਖਿਆ 27 ਤਰੀਕ ਨੂੰ ਮੁੰਡਾ ਤੇਰੀ ਕੋਠੀ ਆ ਜਾਏਗਾ ਅੱਛਾ ਉਹਨਾਂ ਆਖਿਆ ਵੀ ਠੀਕ ਆ ਚੱਲ ਪਕਾ ਰੋਟੀ ਰੋਟੀ ਪਕਾਈ ਮੇਰੀ ਉਹ ਫਿਰ ਆਖਣ ਲੱਗਾ ਵੀ ਤੂੰ ਹੋਰ ਮੈਨੂੰ ਖਿਆਲ ਜੇ ਉਹਦੇ ਦੇ ਦਿਓ ਸਹੀ ਹੈ ਮੈਂ ਹੋਰ ਕੀ ਕਰਦਾ ਕੋਈ ਆਖਿਆ ਮੁਰਗੀਆਂ ਬਚਿਆਰੀਆਂ ਪਈਆਂ ਫਿਰ ਜੰਮੂ ਸਰਦਾਰ ਨੇ ਕੋਈ ਬਣਾਉਂਦਾ ਮੈਂ ਆਖਿਆ ਮੁਰਗੀ ਮੈਂ ਹੋਰ ਪਕਾਉਂਦਾ ਪੈਣੀ ਸਹੀ ਹੈ
और बेचने काजू काट के लाल लाल कर पट्टी का अच्छा करोजी पर काजू का देता लाल कर लाल हलाल कर हां वो कोले के पर पर के लोग लाग में खा फिर वो खा लगे हुए वो जरा मुंडा सोता ही सोता हो निकलो हां जी वो देती नहीं जी ये नाल भी मबर सी बोली अच्छा जी तो वो खा लगे भी मेनू में वो बीमार सी वो थे गए भाई गया भाई इन दिन में ਉਹਨਾਂ ਆਖਿਆ ਜੀ ਤੂੰ ਕਰ ਲਓ ਸਾਡੇ ਨਾਲ ਬੰਦੇ ਆ ਗਏ ਹਾਜ਼ਰ ਜਮਾਨ ਤੇ ਲੈ ਲਓ ਸਾਡੇ ਕੋਲ ਅਤੇ ਇਹਨੂੰ ਕਰ ਲਓ ਸਾਡੀ ਬੀਵੀ ਬੁੱਝੀ ਆ ਅਤੇ ਉਹ ਠੀਕ ਨਹੀਂ ਆ ਗਈ ਉਹ ਬੀਬੀ ਨੂੰ ਇੱਥੇ ਲੈ ਆਉ ਅੱਛਾ ਉਹਨੇ ਕਿਹਾ ਉਹ ਆ ਨਹੀਂ ਸਕਦੀ ਜਾਵਾਂ ਜੋਗੀ ਹੁੰਦੀ ਚਾਹੀ ਲੈ ਆਉਂਦੀ ਹਾਂਜੀ ਉਹਨੇ ਫਿਰ ਉਹ ਸਿਪਾਹੀ ਦਿੱਤੇ ਅੱਛਾ ਜਾ ਕੇ ਮਿਲ ਕੇ ਆਏ ਅਤੇ ਬਟਾਲਾ ਹੋ ਗਿਆ ਅਤੇ ਨਾਲ ਬਟਾਲੇ ਸਿਪਾਹੀ ਨੂੰ ਆਖਿਆ ਫਿਰ ਨੂੰ ਟਿਕਟ ਲੈ ਕੇ ਗਵਾਲੀ ਆ ਜੀ ਗੱਡੀ 'ਚ ਬਾ ਕੇ ਫਿਰ ਤੂੰ ਆ ਗਿਆ ਫਿਰ ਸਿਪਾਹੀ ਬਾ ਗਿਆ ਫਿਰ ਸਿਲਾਈ ਨੂੰ ਮੁੰਡਾ ਲੈ ਕੇ ਆਇਆ ਮੁੰਡਾ ਫਿਰ ਕੈਂਪ ਦੇ ਲਈ ਫਿਰ 27 ਦਿਨਾਂ ਬਾਅਦ ਫਿਰ ਮੁੰਡਾ ਲੈ ਕੇ ਆ ਗਿਆ ਸਿਪਾਹੀ ਨੂੰ ਆ ਗਿਆ ਅੱਛਾ ਫਿਰ ਤੁਹਾਡਾ ਕਿਹੜਾ ਗਿਆ ਸੀ ਉੱਥੇ ਭਾਈ ਗਿਆ ਸੀ ਹਾਂ ਫਿਰ ਉਹ ਆਖਣ ਲੱਗਾ ਵੀ ਮੁੰਡਾ ਇੱਦਾਂ ਨਹੀਂ ਜਾਣਾ ਹੈ ਕੈਂਪ ਦੇ ਲਈ ਜਾਣਾ ਲਾਹੌਰ ਲੈ ਗਿਆ ਠੀਕ ਹੋ ਗਿਆ ਫਿਰ ਲਾਹੌਰ ਆਇਆ ਲਾਹੌਰ ਲੈ ਕੇ ਲਾਹੌਰ ਦੇ ਟਿਕਟ ਟੂਕੇ ਲੱਗੇ ਫਿਰ ਲਾਹੌਰ ਕੱਟ ਚੋ ਅੱਛਾ 9 ਸਾਲ ਬਾਅਦ ਫਿਰ ਇੱਥੇ ਆਇਆ 9 ਸਾਲ ਤੇ ਉਹ ਫਿਰ ਇੱਥੇ ਤੁਹਾਡੇ ਨਾਲ ਹੀ ਇੱਥੇ ਹੀ ਰਹਿੰਦੇ ਰਹੇ ਇਸੇ ਪਿੰਡ 'ਚ ਮੁਗਰਾ ਮੁੰਡਾ ਸੀਗਾ ਸਿੱਖ ਨਹੀਂ ਨਹੀਂ ਤੁਹਾਡਾ ਮੁੰਡਾ ਕਿਹੜਾ 9 ਸਾਲ ਬਾਅਦ ਲੈ ਕੇ ਆਏ ਤੁਸੀਂ ਉਹ ਫਿਰ ਇੱਥੇ ਆ ਸਾਡੇ ਕੋਲ ਫਿਰ ਬਣਿਆ ਨਾ ਪਹਿਲੇ ਜਾ ਕੇ ਮੈਂ ਜਾਣਾ ਮੇਰੇ ਵੀਰ ਨਹੀਂ ਲੱਗਦਾ ਅੱਛਾ ਹੈ ਮੈਂ ਆ ਕੇ ਬਲੱਬਾ ਮਾਰਿਆ ਮੈਂ ਚੱਲ ਬਾਜੇ ਲਗਾਈਏ ਫਿਰ ਉਹ ਟਿਕ ਗਿਆ ਸਿਆਣਾ ਹੋ ਗਿਆ ਸਿਆਣਾ ਹੋ ਗਿਆ ਸਿਆਣਾ ਹੋ ਗਿਆ ਤੇ ਫਿਰ ਉਹਦੇ ਖਤਰੇ ਖੁਤਰੇ ਬਾਅਦ ਕੀਤੇ ਹਾਂ ਫਿਰ ਮੈਂ ਆਪਣੀ ਲੜਕੀ ਉਹਨੂੰ ਦੇ ਦਿੱਤੀ ਅੱਛਾ ਤੁਹਾਡਾ ਦਮਾਦ ਬਣ ਗਿਆ ਹਾਂ ਮੇਰੇ ਕੋਲ ਜੋ ਬੱਚੇ 4-5 ਹੋਇਆ ਜਾਂ 1000 ਅੱਛਾ ਬਹੁਤ ਹੋ ਗਿਆ ਅੱਛਾ ਅੱਛਾ ਤੇ ਉਹਦਾ ਉੱਥੇ ਫਿਰ ਰਾਬਤਾ ਰੂਬਤਾ ਬਾਅਦ 'ਚ ਸੀਗਾ ਕਿ ਨਹੀਂ ਕਿਹਦਾ ਕਿਹੜਾ ਮੁੰਡੇ ਨੂੰ ਉੱਥੋਂ ਤੁਸੀਂ 9 ਸਾਲ ਬਾਅਦ ਲੈ ਕੇ ਆਏ ਕਿਹੜਾ ਤੁਹਾਡਾ ਜਵਾਈ ਬਣ ਗਿਆ ਸੀ ਜੋ ਛੱਡ ਗਿਆ ਉਹਨਾਂ ਨੂੰ ਕਿ ਫਿਰ ਉਹਨੇ ਕੀ ਆਖਣਾ ਅੱਛਾ ਬੋਲੀ ਕੋਈ ਮੁਲਕਾਂ ਦੇ ਖਾਤੇ ਪੱਤਰ ਲਗਾਏ ਬਾਅਦ ਤੇ ਹੁਣ ਤੁਹਾਡਾ ਕਦੀ ਰਾਬਤਾ ਰੂਬਤਾ ਕੋਈ ਹੋਇਆ ਹੋਵੇ ਉਹਨਾਂ ਨਾਲ ਕਿਸੇ ਨਾਲ ਹੁਣ ਕੋਈ ਹੋਇਆ ਕਦੀ ਉੱਥੇ ਰਾਬਤਾ ਰਾਬਤਾ ਮੈਂ 2 ਵਾਰੀ ਪਰਮਨ ਬਣਾਇਆ ਸਲਾਮਾਬਾਦ ਗਿਆ ਅੱਛਾ ਮੇਰਾ ਪਰਮਨ ਨਹੀਂ ਬਣਾਇਆ ਤੇ ਜੇ ਤੁਹਾਡਾ ਹੱਥ ਪੈਂਦਾ ਤੇ ਮੇਰਾ ਪਰਮਨ ਬਣਾ ਲਿਆ ਹੁਣ ਮੈਨੂੰ ਲੰਬਰਦਾਰ ਦੇ ਪੋਤਰੇ ਦਾ ਫੋਨ ਆਇਆ ਅੱਛਾ ਜੀ ਬਈ ਤੂੰ ਆ ਸਾਡੇ ਕੋਲ ਕਰਤਾਰਪੁਰ ਆ ਜਾ ਤੇ ਤੁਹਾਡਾ ਸਮਾਨ ਸਾਰਾ ਪਿਆ ਸਾਡੇ ਘਰ ਉਹ ਨੰਬਰਦਾਰ ਗੰਗਾ ਸਿੰਘ ਦਾ ਸੀ ਉਹ ਸਾਡਾ ਬੇਲੀ ਸੀ ਉਹਦੇ ਘਰ ਰੱਖਿਆ ਅੱਛਾ ਅੱਛਾ ਉਹਦਾ ਸਾਰਾ ਪਿਆ ਉਹਦਾ ਤੇ ਤੂੰ ਕਰਤਾਰਪੁਰ ਤੇ ਫਿਰ ਤੁਸੀਂ ਕਰਤਾਰਪੁਰ ਗਏ ਹੋ ਕਿ ਨਹੀਂ 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 ਉਹ ਤੋਂ ਤੁੰਦਾ ਪੈ ਗਿਆ ਤੇ ਮੈਨੂੰ ਬੁਖਾਰ ਚੜ ਗਿਆ ਬੁਖਾਰ ਚੜ ਗਿਆ ਮੈਂ ਫਿਰ ਕਾਣੇ ਆ ਉੱਥੋਂ ਆਣ ਕੇ ਮੈਨੂੰ ਫੋਨ ਕਰੀ ਫਿਰ ਮੈਂ ਉੱਥੇ ਆ ਜਾਣਾ ਅਸਲ 'ਚ ਨਾ ਜੀ ਗੱਲ ਆ ਵਾ ਕਿ ਦਿਲ ਦੇਖੋ ਮੈਂ ਇੱਧਰ ਪੈਦਾ ਹੋਇਆ ਮੈਂ ਇੱਧਰ ਪੈਦਾ ਹੋਇਆ ਮੇਰੇ ਬਜ਼ੁਰਗ ਉੱਧਰੋਂ ਆਏ ਜਲੰਧਰ ਚੋਂ ਮੇਰਾ ਦਿਲ ਵੀ ਕਰਦਾ ਕਿ ਮੈਂ ਉੱਧਰ ਜਾਵਾਂ ਆਪਣੇ ਵੱਡਿਆਂ ਦਾ ਮੁਲਕ ਦੇਖ ਕੇ ਆਵਾਂ ਜਲੰਧਰ ਚੋਂ ਆਏ ਹਾਂਜੀ ਅਸੀਂ ਜਲੰਧਰ ਚੋਂ ਆਏ ਹਾਂ ਤੇ ਵੀਜ਼ੇ ਕਿਹੜੇ ਨਾ ਹਕੂਮਤਾਂ ਵੀਜ਼ੇ ਮਰਜ਼ੀ ਨਾਲ ਦਿੰਦੀਆਂ ਵਾ ਇਹ ਸਿੱਖਾਂ ਦੇ ਪਿੰਡਾਂ ਦੀ ਸਾਨੂੰ ਜਾਣ ਨਹੀਂ ਦਿੰਦੇ ਆ ਪੰਜਾਬ ਦੇ ਵੀਜ਼ੇ ਘੱਟ ਦਿੰਦੇ ਆ ਪੰਜਾਬ ਦਾ ਵੀਜ਼ਾ ਦਿੰਦੇ ਨਹੀਂ ਹਾਂਜੀ ਮੈਂ 2 ਵਾਰੀ ਗਿਆ ਹਾਂ ਤੇ ਮੈਨੂੰ ਤੇ ਦਿੱਲੀ ਦਾ ਬਣਾ ਲਾ ਦਿੱਲੀ ਦਾ ਬਣਾ ਲਾ ਦਿੱਲੀ ਮੈਂ ਜੀ ਕਰ ਤੁਸੀਂ ਤੇ ਫਿਰ ਕਰਤਾਰਪੁਰ ਦਾ ਕਿਹੜਾ ਨਾ ਮੌਸਮ ਹੁਣ ਠੀਕ ਆ ਹਾਂ ਤੇ ਜੇ ਤੁਹਾਡਾ ਹੁਣ ਇੰਟਰਵਿਊ ਸੁਣਨ ਜਾਂ ਤੁਹਾਡਾ ਅਗਰ ਉਹਨਾਂ ਨਾਲ ਪਹਿਲੇ ਰਾਬਤਾ ਹੈਗਾ ਹਾਂ ਤੇ ਕਰਤਾਰਪੁਰ ਉਹ ਆ ਜਾਂਦੇ ਉਹਨਾਂ ਨੂੰ ਮਿਲ ਜਾਂਦਾ ਪਰਮਿਟ ਕਰਤਾਰਪੁਰ ਦਾ ਨਾ ਕਰਤਾਰਪੁਰ ਦੇ ਉਹਦੇ ਜੇ ਗੁਰਦੁਆਰਾ ਹੁੰਦਾ ਹਾਂਜੀ ਉਹ ਹੈ ਪਾਕਿਸਤਾਨ ਦੇ ਪਾਕਿਸਤਾਨ ਜੀ ਹੈ ਨਾ ਜੀ ਹਾਂ ਨਾਰੋਵਾਲ ਦੇ ਵਿੱਚ ਆ ਜ਼ਿਲ੍ਹਾ ਨਾਰੋਵਾਲ ਲੱਗਦਾ ਹੈਗਾ ਉਹਨਾਂ ਹਾਂਜੀ ਉੱਥੇ ਮੈਂ ਜੇਲ ਜਾ ਕੇ ਬੋਲ ਕੇ ਉਹ ਲੱਭ ਮੇਰਾ ਰਾਬਤਾ ਨਹੀਂ ਹੋਇਆ ਉਹ ਬਲਵਿੰਦਰ ਸਿੰਘ ਨਾਲ ਪੱਖੋ ਬਣਾ ਨਹੀਂ ਨਾ ਉਹ ਮੇਰਾ ਰਾਬਤਾ ਅੱਛਾ ਉਹ ਫੋਨ ਖਾਲ ਕਰਦਾ ਜੀ ਅੱਛਾ ਅੱਛਾ ਆਹ ਸਹਾਫੀ ਹੈਗਾ ਉੱਥੇ ਵਾਹ ਉਹਨੇ ਇੰਟਰਵਿਊ ਕੀਤੇ ਹੋਏ ਲੋਕਾਂ ਦੇ ਨਾ ਹਾਂ ਉਹ ਮਸ਼ਹੂਰ ਹੈਗਾ ਵਾ ਉਹ ਪਿਛਲੇ ਦਿਨਾਂ 'ਚ ਆਇਆ ਹੋਇਆ ਸੀਗਾ ਇੱਥੇ ਉਹ ਸਾਲ 1.5 ਸਾਲ ਹੋ ਗਿਆ ਉੱਥੇ ਤਾਂ ਗਿਆ ਉਹਨਾਂ ਨੂੰ ਉੱਥੇ ਤਾਂ ਫੋਨ ਮਿਲ ਜਾਂਦਾ ਅੱਛਾ ਸਹੀ ਲਓ ਜੀ ਬਹੁਤ ਮਿਹਰਬਾਨੀ ਬਜ਼ੁਰਗੋ ਅੱਲਾਹ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ ਅਸਲਾਮ ਵਾਲੇਕਮ ਜੀ